ਆ ਜਦੋਂ ਇੱਥੋਂ ਦੀ ਟੱਪਦੇ ਜਾਂਦੇ ਸੀ ਇਹਨਾਂ ਦੇ ਅਫਸਰ ਕਹਿੰਦੇ ਤੁਹਾਨੂੰ ਨਹੀਂ ਜਾਣ ਦਿੰਦੇ ਦਿੱਲੀ। ਅਸੀਂ ਕਿਹਾ ਕੋਈ ਨੀ ਫਿਰ ਦਿੱਲੀ ਨੂੰ ਹੀ ਹੱਥ ਲਾ ਕੇ ਆਉਣੇ ਆ, ਉਹਨਾਂ ਦੀ ਹਿੱਕ ਤੇ ਜਾ ਕੇ ਗਾਹ ਪਾ ਕੇ ਆਉਣੇ ਆ, ਉੱਥੇ ਜਾ ਕੇ ਉਹ ਤੁਹਾਡੇ ਕੋਲੇ ਆਉਣੇ ਆ। ਗੱਲ ਇਹ ਆ ਵੀ ਜਿੱਥੇ ਆਪਾਂ ਆ ਗਏ ਅੱਜ, ਪਹਿਲੀ ਗੱਲ ਤਾਂ ਆਪਾਂ ਸਿੱਧੀ ਐਨ ਆਨੇ ਵਾਲੀ ਕਰੀਏ, ਇਹ ਇਨਕਲਾਬ ਆ, ਇਹ ਇਨਕਲਾਬ ਆ, ਇਹ ਬਿਲਕੁਲ ਕੋਈ ਨੀ ਕੋਈ ਨੀ ਉਹ ਨਹੀਂ ਕੋਈ ਨੀ ਪਹਿਲਾਂ ਬਾਈ ਨੂੰ ਬਾਈ ਜੀ, ਲੜਾਈ ਸਾਡੇ ਘਰਾਂ ਚ ਆ ਵੜੀ ਆ ਤੇ ਫੈਸਲਾ ਕੁੰਨ ਲੜਾਈ ਆ, ਇਹ ਫੈਸਲਾ ਕੁੰਨ ਬਿਲਕੁਲ ਜਿਹੜੇ ਜਥੇਬੰਦੀਆਂ ਦੇ ਆਗੂ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਲੋਕਾਂ ਦੇ ਜਜ਼ਬਾਤਾਂ ਨੂੰ ਸਮਝੋ, ਲੋਕਾਂ ਦੇ ਵਿੱਚ ਉਹਨਾਂ ਦੇ ਜੋ ਹੱਕ ਆ ਉਹਨਾਂ ਨੂੰ ਸਮਝੋ, ਲੋਕ ਆਪਦੇ ਹੱਕਾਂ ਲਈ ਆਏ ਆ ਇੱਥੇ ਤੇ ਲੋਕ ਨਿਰਾਸ਼ ਹੋ ਕੇ ਨਾ ਜਾਣ, ਤਿੰਨ ਕਾਨੂੰਨ ਵਾਪਸ ਲੈ ਲਓ, ਇਹ ਤੋਂ ਥੱਲੇ ਅਸੀਂ ਗੱਲ ਨਹੀਂ ਕਰਦੇ। ਬਿਲਕੁਲ ਸਹੀ ਗੱਲ। ਅਗਲੀ ਗੱਲ ਬਾਈ ਜੀ, ਇੱਕ ਮਿੰਟ, ਕੋਈ ਨੀ ਕੋਈ ਨੀ, ਹਾਂਜੀ ਨਹੀਂ ਜੀ ਕੋਈ ਜਥੇਬੰਦੀਆਂ ਦੀ ਕੋਈ, ਅਸੀਂ ਤਾਂ ਦੇਖੋ ਨਹੀਂ ਜਥੇਬੰਦੀਆਂ ਦੀ ਤਾਂ ਬਹੁਤ ਅਸੀਂ ਸਰਾਹਨਾ ਕਰਦੇ ਆ, ਪਰ ਅੱਜ ਜਿੱਥੇ ਨਹੀਂ ਨਹੀਂ ਜਿੱਥੇ ਗੱਲ ਅੱਜ ਆ ਕੇ ਖੜੀ ਹੋ ਗਈ ਆ, ਅੱਛਾ ਸਾਨੂੰ ਕਿਸੇ ਬਰਾੜੀ ਵਾਲੇ ਗਰਾਊਂਡ ਚ ਜੇ ਤੁਸੀਂ ਲੈ ਜਾਓਗੇ ਉੱਥੇ ਤਾਂ ਘੇਰ ਲੈਣਗੇ ਸਾਨੂੰ, ਅੱਜ ਅਸੀਂ ਘੇਰੀ ਖੜੇ ਆ। ਸੋ ਲੋਕ ਆਪਦੇ ਹੱਕਾਂ ਲਈ ਲੜੀ ਜਾਂਦੇ ਆ, ਲੋਕਾਂ ਦੇ ਜਜ਼ਬਾਤਾਂ ਨੂੰ ਸਮਝੋ, ਵੈਰੀ ਗੁੱਡ, ਔਰ ਜੋ ਫੈਸਲੇ ਲਏ ਜਾਣ ਇਹਨਾਂ ਦੇ ਜਜ਼ਬਾਤਾਂ ਦੇ ਆਧਾਰ ਤੇ ਲਏ ਜਾਣ, ਇਹਨਾਂ ਦੀ ਹਿੱਤਾਂ ਚ ਲੋਕਾਂ ਦੇ ਹੱਕਾਂ ਖਾਤਰ ਲਏ ਜਾਣ, ਇਹੀ ਗੱਲ ਆ, ਹੋਰ ਤਾਂ ਕੋਈ ਗੱਲ ਹੀ ਨਹੀਂ ਆ ਜੀ। ਇੱਕ ਮਿੰਟ ਜੀ, ਬਸ ਇੱਕ ਵੀ ਮਿੰਟ ਆਪਾਂ ਕਰਦੇ ਆ, ਅੱਜ ਜੇ ਦਿੱਲੀ ਨੇ ਡਰਨਾ ਤਾਂ ਸਾਡੇ ਏਕੇ ਤੋਂ ਡਰਨਾ, ਇਹ ਤੋਂ ਬਿਨਾਂ ਕੋਈ ਸ਼ੱਕ ਨੀ, ਬਿਲਕੁਲ ਡਰਨਾ ਤਾਂ ਸਾਡੇ ਏਕੇ ਤੋਂ ਡਰਨਾ, ਅਸੀਂ ਏਕਾ ਬਣਾ ਕੇ ਰੱਖੋ, ਇੱਥੇ ਡੇਰਾ ਲਈ ਬੈਠੇ ਆ, ਮਤਲਬ ਬੈਠੇ ਆ ਇੱਥੇ, ਸਾਡੇ ਨਾਲ ਜੇ ਗੱਲ ਕਰਨੀ ਆ ਇੱਥੇ ਆ ਕੇ ਗੱਲ ਕਰੋ, ਅਸੀਂ ਕਿਸੇ ਕਮਰਿਆਂ ਚ ਬਹਿ ਕੇ ਕਿਸੇ ਨਾਲ ਗੱਲ ਨੀ ਕਰਾਂਗੇ। ਲੋਕ ਦੇਖਣ, ਪੰਜਾਬ ਦੇਖਣ, ਇੰਨੀ ਕੁ ਗੱਲ ਹੀ ਆ ਨਾ, ਇਦੂ ਤਾਂ ਉੱਤੇ ਕੋਈ ਗੱਲ ਹੀ ਨੀ ਆ। ਸੋ ਏਕਾ ਬਣਾ ਕੇ ਰੱਖੀਏ, ਕੋਈ ਜਥੇਬੰਦੀਆਂ ਨੂੰ ਦੇਖੋ, ਜਥੇਬੰਦੀਆਂ ਨੂੰ ਕੋਈ ਵੀ ਬੰਦਾ, ਜਥੇਬੰਦੀਆਂ ਦੀ ਸਰਾਹਨਾ ਕਰਦੇ ਆ ਅਸੀਂ, ਪਰ ਸਾਡੇ ਜਰਨੈਲਾਂ ਨੇ ਬਹੁਤ ਸੰਘਰਸ਼ ਵੇਚੇ ਆ, ਪਹਿਲਾਂ ਬੜੇ ਸੰਘਰਸ਼ ਵੇਚੇ ਆ, ਲੋਕ ਹਮੇਸ਼ਾ ਹੌਸਲਾ ਦਿਖਾਉਂਦੇ ਆ, ਲੋਕ ਹਮਾਇਤ ਦੇ ਦਿੰਦੇ ਆ, ਜਰਨੈਲ ਜਾ ਕੇ ਮੁੜ ਕੇ ਸੰਘਰਸ਼ ਵੇਚੇ ਆਉਂਦੇ ਆ, ਐਕਟੀ ਅਸੀਂ ਨੀ ਹੋਣ ਦੇਣਾ, ਲੋਕਾਂ ਦਾ ਸੰਘਰਸ਼ ਆ, ਲੋਕ ਫੈਸਲਾ ਲੈਣ, ਪੰਜਾਬ ਫੈਸਲਾ ਲੈਣ। ਵਾਹਿਗੁਰੂ ਜੀ ਕੀ ਫਤਿਹ। ਸ਼ਾਬਾਸ਼ ਧੰਨਵਾਦ ਸਾਥੀਓ।